ਭਾਈ ਅਮਰਪਾਲ ਸਿੰਘ ਅੱਜ ਵੀ ਜਿਸ ਤਰ੍ਹਾਂ ਕੌਮ ਨੂੰ ਡਿਕਟੇਟ ਕਰ ਰਿਹਾ ਉਸ ਦੀ ਹਿੰਮਤ ਦੀ ਤਾਂ ਦਾਤ ਨਹੀਂ ਮਿਲਦੀ ਕਿਉਂਕਿ ਜਿਹੜਾ ਬੰਦਾ ਇੰਨਾ ਕੁਝ ਕਰਵਾ ਕੇ ਸਾਰੀ ਕੌਮ ਦੇ ਮੱਥੇ ਤੇ ਅਤਵਾਦ ਦਾ ਲੈਵਲ ਲਵਾ ਕੇ ਸਾਰੀ ਕੌਮ ਨੂੰ ਸੜਕਾਂ ਤੇ ਕਟਾ ਕੇ ਡਾਂਗਾ ਨਾਲ ਔਰ ਉਹਨਾਂ ਦੇ ਮਕਦਮੇ ਬਣਵਾ ਕੇ ਔਰ ਆਪ ਪੁਲਿਸ ਦੀ ਗੱਡੀ 'ਚੋਂ ਇੰਨੇ ਵੱਡੇ ਘੇਰੇ ਚੁੱਕੇ ਖਿਸਕ ਜਾਵੇ ਬਿਸ਼ੱਕ ਕੌਮ ਜਿੱਡੇ ਵੱਡੇ ਸੰਕਟ 'ਚ ਫਸ ਗਈ ਹੈ ਉਹ ਸੰਕਰਚ ਨੂੰ ਅਕਾਲ ਤਖਤ ਦਾ ਜ세ਦਾਰ ਕੱਢੇ ਕਿਹੜਾ ਜ세ਦਾਰ ਉਹ ਜ세ਦਾਰ ਜਿਹੜਾ ਬਾਦਲਾਂ ਦਾ ਤਿੱਤਰ ਜਿਹੜਾ ਬਾਦਲਾਂ ਦੀ ਬੋਲੀ ਬੋਲਦਾ ਸੋ ਐਵੇਂ ਨਹੀਂ ਹੋਣਾ ਫਿਰ ਦੂਜੀ ਗੱਲ ਮੈਂ ਆਪਣੀ ਕੌਮ ਨੂੰ ਕਹਿਣਾ ਚਾਹਣਾ ਵੀ ਜੇ ਤੁਹਾਨੂੰ ਸੱਚਮੂਰਤੀ ਲੱਗਦਾ ਵੀ ਤੁਸੀਂ ਇੰਨੇ ਨਿੱਸਲ ਹੋ ਗਏ ਹੋ ਵੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਦਿੱਲੀ ਨਾਲ ਨਹੀਂ ਟਕਰਾ ਸਕਦੇ ਅਮਿਤ ਸ਼ਾ ਦਾ ਮੁਕਾਬਲਾ ਸੀ ਨਹੀਂ ਕਰ ਸਕਦੇ ਮੋਦੀ ਦਾ ਮੁਕਾਬਲਾ ਸੀ ਨਹੀਂ ਕਰ ਸਕਦੇ ਤੇ ਫਿਰ ਗੋਲਿਆਂ ਦੇ ਗੋਲੇ ਬਣਾਉਣ ਦੀ ਕੀ ਲੋੜ ਆ ਭਾਜੀਪੀ ਜੁਆਇਨ ਕਰ ਲਓ ਫੇਰ ਉਹਨਾਂ ਨੂੰ ਉਹ ਵੀ ਅਸੀਂ ਬਾਦਲ ਵੀ ਵੇਖ ਲਈ ਕਾਂਗਰਸ ਵੀ ਵੇਖ ਲਈ ਆ ਨਵੇਂ ਦੇ ਆnde <Sanye> ਸੀ ਜਿਹੜੇ ਇਹ ਵੀ ਵੇਖ ਲੈ ਤੇ ਆਓ ਅਸੀਂ ਇੱਕ ਵਾਰੀ ਤੁਹਾਨੂੰ ਵੀ ਵੇਖ ਲੈਂਦੇ ਆ ਫਿਰ ਉਹਨਾਂ ਨੂੰ ਵੀ ਵੇਖ ਲਓ ਜੇ ਤੁਸੀਂ ਸਿੱਧੇ ਤੌਰ ਤੇ ਬੀਜੇਪੀ ਨੂੰ ਇੱਕ ਮੌਕਾ ਦੇ ਕੇ ਉਹਨਾਂ ਕਹਿੰਦੇ ਆਓ ਅਸੀਂ ਤੁਹਾਨੂੰ ਵੀ ਇੱਕ ਮੌਕਾ ਦਿੰਦੇ ਆ ਤੇ ਕੰਮ ਸੇ ਕੰਮ ਬੀਜੇਪੀ ਤੇ ਜਵਾਬ ਦੇਈ ਤੇ ਬਣੂਗੀ ਨਾ ਤੁਹਾਡੇ ਤੁਹਾਡੇ ਮਸਲੇ ਤੇ ਬੀਜੇਪੀ ਬੋਲੂਗੀ ਤੇ ਸਹੀ ਨਾ ਪੰਜਾਬ ਦੇ ਮੁੱਦੇ ਤੇ ਬੀਜੇਪੀ ਜਵਾਬ ਤਾਂ ਦੇਊਗੀ ਨਾ ਹੁਣ ਜਵਾਬ ਦੇਣ ਲਈ ਤੇ ਅੱਗੇ ਬਾਦਲ ਤੇ ਉਹਦਾ ਫਾਇਦਾ ਚੁੱਕ ਲਈ ਬੀਜੇਪੀ ਬੋਲੇ ਸੋਨੀ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਬਹੁਤ ਹੀ ਬਰਨਿੰਗ ਇਸ਼ੂ ਹੈ ਜਿਹੜਾ ਉਸ ਤੇ ਆਪਣੀ ਗੱਲ ਕਹਿਣ ਲੱਗਿਆ ਔਰ ਬਹੁਤ ਔਖੀ ਗੱਲ ਹੈ ਜਿਹੜੀ ਮੈਂ ਕਹਿਣਾ ਕਹਿਣਾ ਚਾਹੁੰਨਾ ਔਰ ਕਹਿਣ ਲੱਗਿਆ ਔਰ ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਨੂੰ ਇੱਕ ਬੇਨਤੀ ਕਰਨੀ ਚਾਹਨਾ ਕਿ ਜਿਹੜੀ ਮੈਂ ਗੱਲ ਕਹਿਣਾ ਚਾਹੁੰਨਾ ਔਰ ਜਿਹੜੀ ਮੈਂ ਕਹਿਣ ਲੱਗਿਆ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਮੈਨੂੰ ਗਾਲਾਂ ਕੱਢਣੀਆਂ ਜਿਸ ਤਰ੍ਹਾਂ ਮੇਰੇ ਖਿਲਾਫ ਮੰਦੀਬ ਭਾਸ਼ਾ ਬੋਲਣੀ ਹੈ ਜੋ ਕੁਝ ਵੀ ਉਹਨਾਂ ਤੋਂ ਸਰਿਆ ਉਹਨਾਂ ਨੇ ਮੇਰੇ ਨਾਲ ਕਰਨਾ ਪਰ ਇਹ ਯਕੀਨ ਨਾਲ ਸਮਝੋ ਕਿ ਇਹ ਮੈਨੂੰ ਗਾਲਾਂ ਕੱਢਣ ਵਾਲੀ ਮੇਰੀ ਕੌਮ ਨਹੀਂ ਹੈਗੀ ਇਹ ਭਾਜਪਾ ਦਾ OIT ਸੈੱਲ ਹੈ ਜਿਹੜਾ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕਰਦਾ ਹੈ ਉਹਨਾਂ ਨੇ ਮੈਨੂੰ ਗਾਲਾਂ ਕੱਢਣੀਆਂ ਇਸ ਲਈ ਇਹਨਾਂ ਗਾਲਾਂ ਵੱਲ ਧਿਆਨ ਨਹੀਂ ਦੇਣਾ ਕਿਉਂਕਿ ਸਮਾਜ ਜਿਸ ਚੀਜ਼ ਦੀ ਮੰਗ ਕਰਦਾ ਆਪਾਂ ਨੂੰ ਉਹ ਗੱਲ ਕਰਨੀ ਚਾਹੀਦੀ ਔਰ ਮੈਂ ਉਹ ਗੱਲ ਕਰੂੰਗਾ ਅੱਜ ਕਿਉਂਕਿ ਕੱਲ ਜਦੋਂ ਤੋਂ ਭਾਈ ਅਮਰਪਾਲ ਸਿੰਘ ਦੀ ਵੀਡੀਓ ਆਈ ਹੈ ਉਸ ਦੀ ਵੀਡੀਓ ਆਉਣ ਤੋਂ ਬਾਅਦ ਮਤਲਬ ਜੋ ਕੁਝ ਉਹਨਾਂ ਨੇ ਕਿਹਾ ਔਰ ਜੋ ਕੁਝ ਮੈਂ ਸੁਣਿਆ ਔਰ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਸੀ ਉਹ ਵਿਚਲਿਤ ਕਰ ਦੇਣ ਵਾਲੀ ਸੀ ਕਿਉਂਕਿ ਭਾਈ ਅਮਰਪਾਲ ਸਿੰਘ ਅੱਜ ਵੀ ਜਿਸ ਤਰ੍ਹਾਂ ਕੌਮ ਨੂੰ ਡਿਕਟੇਟ ਕਰ ਰਿਹਾ ਉਸ ਦੀ ਹਿੰਮਤ ਦੀ ਤਾਂ ਦਾਤ ਦੇਣੀ ਬਣਦੀ ਆ ਬਈ ਕਿਉਂਕਿ ਜਿਹੜਾ ਬੰਦਾ ਇੰਨਾ ਕੁਝ ਕਰਵਾ ਕੇ ਸਾਰੀ ਕੌਮ ਦੇ ਮੱਥੇ ਤੇ ਅੱਤਵਾਦ ਦਾ ਲੇਬਲ ਲਵਾ ਕੇ ਸਾਰੀ ਕੌਮ ਨੂੰ ਸੜਕਾਂ ਤੇ ਕਟਾ ਕੇ ਡਾਂਗਾ ਨਾਲ ਔਰ ਉਹਨਾਂ ਦੇ ਮੁਕੱਦਮੇ ਬਣਵਾ ਕੇ ਔਰ ਆਪ ਪੁਲਿਸ ਦੀ ਗੱਡੀ 'ਚੋਂ ਇੰਨੇ ਵੱਡੇ ਘੇਰੇ ਚ ਖਿਸਕ ਜਾਵੇ। ਔਰ ਫਿਰ ਕਹਿੰਦਾ ਕੀ ਹੈ? ਕਹਿੰਦਾ ਜੀ ਵਾਹਿਗੁਰੂ ਦੀ ਮੇਰੇ ਤੇ ਬਹੁਤ ਬੜੀ ਬਖਸ਼ਿਸ਼ ਹੈ ਕਿ ਮੈਂ ਐਡੇ ਵੱਡੇ ਪੁਲਿਸ ਦੇ ਘੇਰੇ ਚੋਂ ਨਿਕਲ ਗਿਆ। ਉਹ ਭਾਈ ਇਹ ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਹੈ। ਇਹ ਅਮਿਤ ਸ਼ਾਹ ਦੀ ਬਖਸ਼ਿਸ਼ ਹੈ। ਜਿਸ ਨੇ ਜਿਸ ਨੇ ਤੈਨੂੰ ਉਸ ਘੇਰੇ ਚੋਂ ਕੱਢ ਕੇ ਲਿਆਂਦਾ। ਔਰ ਅੱਜ ਵੀ ਜੂ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਕਿਉਂਕਿ ਇਹ ਪਹਿਲੇ ਦਿਨ ਤੋਂ ਸਭ ਨੂੰ ਪਤਾ ਸੀਗਾ ਕਿ ਤੂੰ ਨਾ ਤੇ ਭੱਜਿਆ ਨਾ ਤੂੰ ਕਿਸੇ ਆਸੇ ਪਾਸੇ ਤੋਂ ਪੁਲਿਸ ਕੋਲਿਆ। ਔਰ ਅਜ ਵੀ ਤੂੰ ਜਿੱਥੋਂ ਬੋਲ ਰਿਹਾ ਲੋਕਾਂ ਨੂੰ ਸਾਫ਼ ਸਮਝ ਆਉਂਦੀ ਹੈ ਔਰ ਜੋ ਬੋਲ ਰਿਹਾ ਜੋ ਤੈਨੂੰ ਬੁਲਾਇਆ ਜਾ ਰਿਹਾ ਉਹ ਵੀ ਸਮਝ ਆਉਂਦੀ ਤੂੰ ਕਹਿ ਕੀ ਰਿਹਾ ਵੀ ਸਿੱਖ ਕੌਮ ਜਿੱਡੇ ਵੱਡੇ ਸੰਕਟ ਚ ਫਸ ਗਈ ਹੈ ਉਹ ਸੰਕਟ ਚੋਂ ਅਕਾਲ ਤਖਤ ਦਾ ਜੇਸੇਦਾਰ ਕੱਢੇ ਕਿਹੜਾ ਜੇਸੇਦਾਰ ਉਹ ਜੇਸੇਦਾਰ ਜਿਹੜਾ ਬਾਦਲਾਂ ਦਾ ਪਿੱਤਰ ਜਿਹੜਾ ਬਾਦਲਾਂ ਦੀ ਬੋਲੀ ਬੋਲਦਾ ਜਿਹਨੂੰ ਕੌਮ ਨੇ ਰੱਦ ਕੀਤਾ ਹੋਇਆ ਅੱਜ ਵੇਖੋ ਕਿੱਡਾ ਵੱਡਾ ਮਜਮਾ ਲੱਗਾ ਬਾ ਉਥੇ ਅਕਾਲ ਤਖਤ ਤੇ ਸਾਰੇ ਹੀ ਬਾਦਲ ਨਾਲ ਟੋਕੇ ਫੇਰ ਆ ਕੇ ਬਹਿ ਗਏ। ਉਹਨਾਂ ਨੂੰ ਲੱਗਿਆ ਕਿ ਬਸ ਬਣ ਗਿਆ ਕੰਮ। ਵੀ ਅਮਰਤਪਾਲ ਨੇ ਕਹਿਤਾ ਤੇ ਸਾਨੂੰ ਕੰਮ ਨੇ ਸਵੀਕਾਰ ਕਰ ਲੈਣਾ। ਇਹ ਭੁਲੇਖਾ ਕੱਢ ਦਿਓ ਆਪਣੇ ਮਨ ਚੋਂ। ਇਹ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ ਜਿਹਦੀਆਂ ਤੁਸੀਂ ਲੱਤਾਂ ਲਗਾਉਣੀਆਂ ਚਾਹੁੰਦੇ ਆਂ ਔਰ ਜਿਹਨੂੰ ਕਹਿੰਦੇ ਆਂ ਤੁਸੀਂ ਅਕਾਲ ਤਖਤ ਦਾ ਜਥੇਦਾਰ ਕੋਹੋਂ ਦੀ ਅਗਵਾਈ ਕਰੇ। ਔਰ ਸਰਬੱਤ ਖਾਲਸਾ ਬਲਾਵੇ। ਇਹ 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 ਸਰਬਤ ਖਾਲਸਾ ਬਣਾਉਣ ਦੀ ਹਸਿਆਤ ਵਿੱਚ ਹੈਗਾ ਜਿਹੜਾ ਬਾਦਲਾਂ ਦੀ ਜੇਬ ਚੋਂ ਨਿਕਲਦਾ ਹੈ ਤੇ ਅੰਮ੍ਰਿਤਸਰ ਦੀ ਛਤਰੀ ਦੇ ਥੱਲੇ ਵਿਚਰਦਾ ਹੈ ਉਹ ਕੰਮ ਨੂੰ ਅਗਵਾਈ ਦੇਗਾ ਸੋ ਇਹ ਜਿਹੜੀਆਂ ਗੱਲਾਂ ਤੁਸੀਂ ਅੱਜ ਵੀ ਕਰ ਰਹੇ ਹੋ ਨਾ ਇਹ ਹੁਣ ਨਹੀਂ ਚੱਲਣ 6 ਮਹੀਨੇ ਤੁਹਾਡਾ ਚੱਲ ਗਿਆ ਕਿਉਂਕਿ ਜਿਹੜਾ ਜਾਗਰੂਕ ਸੀਗਾ ਸਿੱਖ ਪੰਜਾਬ ਦਾ ਉਹ ਤੁਹਾਡੀ ਇੱਕ ਇੱਕ ਹਰਕਤ ਨੂੰ ਨੋਟ ਕਰ ਰਿਹਾ ਸੀ ਉਸ ਤੋਂ ਚਿੰਤਤ ਸੀਗਾ ਪਰ ਜਿਸ ਤਰ੍ਹਾਂ ਦਾ ਵਹਿਣ ਪੰਜਾਬ ਦੇ ਨੌਜਵਾਨਾਂ ਚ ਵਗਿਆ ਔਰ ਜਿਸ ਤਰ੍ਹਾਂ ਉਹਨਾਂ ਨੇ ਤੁਹਾਡੇ ਪਿੱਛੇ ਲਾਮਬੰਦੀ ਕੀਤੀ ਔਰ ਜਿਸ ਤਰ੍ਹਾਂ ਉਹ ਨੌਜਵਾਨਾਂ ਨੂੰ ਤੁਸੀਂ ਉਹਨਾਂ ਦੇ ਗਲ ਪਵਾਉਂਦੇ ਸੀ ਜਿਹੜਾ ਕੋਈ ਬੋਲਦਾ ਸੀਗਾ ਉਹ ਉਸ ਤੋਂ ਘਬਰਾ ਕੇ ਚੁੱਪ ਕਰ ਜਾਂਦੇ ਸੀ ਪਰ ਉਸ ਚੁੱਪ ਦਾ ਹੀ ਇਹ ਨਤੀਜਾ ਕਿ ਐਡਾ ਵੱਡਾ ਹਾਦਸਾ ਹੋਇਆ ਵੀ ਕੌਮ ਪੂਰੀ ਦੀ ਪੂਰੀ ਕੌਮ ਜਿਹਦਾ ਅਕਸ 1.5 ਸਾਲ ਲੱਗੇ ਮੋਰਚੇ ਤੋਂ ਬਾਅਦ ਦੁਨੀਆ ਭਰ ਵਿੱਚ ਗੁਰੂ ਨਾਨਕ ਦੇ ਮਿਸ਼ਨ ਨੂੰ ਸਥਾਪਿਤ ਕਰਨ ਵਾਲਾ ਸਾਬਤ ਹੋਇਆ ਸੀਗਾ ਤੂੰ ਛਾ ਮਹੀਨਿਆਂ ਦੇ ਵਿੱਚ ਉਹ ਸਖਸ਼ ਨੂੰ ਫਿਰ ਉਸੇ ਥਾਂ ਤੇ ਖੜਾ ਕਰਤਾ ਲਿਆ ਕੇ ਜਿਸ ਥਾਂ ਤੇ ਪਹਿਲਾਂ ਸਾਡੀਆਂ ਸਰਕਾਰਾਂ ਸਾਡੇ ਵਿਰੋਧੀ ਸਾਡੇ ਦੁਸ਼ਮਣ ਨੇ ਖੜਾ ਕੀਤਾ ਸੀ ਪੂਰੀ ਦੁਨੀਆ ਵਿੱਚ ਸਾਨੂੰ ਅੱਤਵਾਦੀ ਸਾਨੂੰ ਵੱਖਵਾਦੀ ਸਾਨੂੰ ਖਾਲਸਤਾਨੀ ਕੀ ਕੀ ਨੀ ਸਾਡੇ ਕਿਤਾ ਸਾਨੂੰ ਕਹਾਵ ਦਿੱਤੇ ਪਰ ਇਸ ਕਿਸਾਨ ਅੰਦੋਲਨ ਨੇ ਉਹ ਸਾਰੇ ਲੇਬਲ ਸਾਡੇ ਤੋਂ ਲਾਹ ਦਿੱਤੇ ਸੀ ਤੇ ਇਹ ਦਿੱਲੀ ਦਰਬਾਰ ਨੂੰ ਹਜਮ ਨਹੀਂ ਸੀ ਆਇਆ ਔਰ ਉਹਨਾਂ ਨੇ ਇਹ ਲੇਬਲ ਦੁਬਾਰਾ ਸਾਡੇ ਮੱਥੇ ਤੇ ਲਾਉਣ ਵਾਸਤੇ ਤੁਹਾਡਾ ਇਸਤੇਮਾਲ ਕੀਤਾ। ਔਰ ਤੁਸੀਂ ਉਹੀ ਉਹੀ ਕੁਛ ਕੀਤਾ ਜੋ ਦਿੱਲੀ ਨੂੰ ਨਰਾਸ ਹੁੰਦਾ ਸੀ। ਹੁਣ ਇੰਨਾ ਕੁਛ ਕਰਨ ਤੋਂ ਬਾਅਦ ਤੁਸੀਂ ਕਿੱਥੇ ਤੇ ਕਹਿੰਦੇ ਸੀਗੇ ਲੋਕਾਂ ਨੂੰ ਤੇ ਕਹਿੰਦੇ ਸੀਗੇ ਵੀ ਸਿਰ ਦੇਣ ਦੀ ਸਿਰ ਦੇਣ ਲਈ ਤਿਆਰ ਰੋ। ਲੋੜ ਪਈ ਤੇ ਸਿਰ ਦੇਵਾਂਗੇ। ਤੇ ਕਿੱਥੇ ਤੁਸੀਂ ਤੁਸੀਂ ਇੱਕ ਦਮਕਾ ਵੀ ਨਹੀਂ ਚੱਲਿਆ। ਕੀ ਹੋ ਜਾਂਦਾ ਵਰਤਵਾਦ ਕਿੱਡਾ ਵੱਡਾ ਕੇਸ ਤੁਹਾਡੇ ਦੇ ਖਿਲਾਫ ਪੈ ਜਾਂਦਾ 307 ਦਾ ਹੀ ਪੈ ਸਕਦਾ ਸੀ ਨਾ ਵਰਤਵਾਦ ਤੋਂ ਪਰਤ ਕੁਝ ਪੈ ਨਹੀਂ ਸੀ ਸਕਦਾ ਹੋਰ ਤਾਂ ਤੁਸੀਂ ਇਹੋ ਜਿਹਾ ਕੁਝ ਕੀਤਾ ਨਹੀਂ ਸੀ ਕਿ ਜਿਹੜਾ ਤੁਹਾਡੇ ਤੇ ਕੋਈ ਹੋਰ ਇਹੋ ਜਿਹਾ ਇਲਜ਼ਾਮ ਲੱਗ ਜਾਂਦਾ ਤੁਸੀਂ ਸਿਰਫ 307 ਦੇ ਕੇਸ ਤੋਂ ਡਰ ਕੇ ਔਰ ਭੱਜ ਗਏ ਸਭ ਕੁਝ ਛੱਡ ਕੇ ਇਹ ਇਹ ਹੁਣ ਤੁਸੀਂ ਇੰਨਾ ਕੁਝ ਕਰਨ ਤੋਂ ਬਾਅਦ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਹਿੰਮਤ ਜਟਾਈ ਹੈ ਕਿ ਗੋਮ ਨੂੰ ਡਿਕਟੇਟ ਕਰੋ ਤੁਸੀਂ ਫੇਰ ਕੌਮ ਨੂੰ ਕਹਿਣੋ ਕਿ ਸਾਰੇ ਅਕਾਲ ਤਖਤ ਦੇ ਜਥੇਦਾਰ ਦੇ ਪਿੱਛੇ ਇਕੱਠੇ ਹੋਣ ਔਰ ਸਰਬੱਤ ਖਾਲਸਾ ਬਣਾਉਣ ਕਿਹੜੇ ਜਥੇਦਾਰ ਦੇ ਪਿੱਛੇ ਜਿਹੜਾ ਬਾਦਲਾਂ ਦਾ ਬਟੇਰਾ ਔਰ ਜਿਹੜਾ ਅਮੇਚਾ ਦੀ ਛਤਰੀ ਦੇ ਥੱਲੇ ਤੁਰਦਾ ਉਸੇ ਅਕਾਲ ਤਖਤ ਦੇ ਜਥੇਦਾਰ ਦੇ ਸੋ ਇਹ ਗੱਲ ਨਹੀਂ ਚੱਲਣੀਆਂ ਭਾਈ ਕੌਮ ਬਹੁਤ ਕੁਟਖਾਦੀ ਪਹਿਲਾਂ ਵੀ ਤੇ ਹੁਣ ਵੀ ਤੂੰ ਸੱਜਰੇ ਜਿਹੜੀਆਂ ਲੜਾਂਗਾਂ ਪੁਆਈਆਂ ਨਾ ਉਹਨੂੰ ਐਡੀ ਛੇਤੀ ਨਹੀਂ ਭੁੱਲਣ ਲੱਗੀ ਤੂੰ ਤੇਰੀ ਮਜਬੂਰੀ ਹੋ ਸਕਦੀ ਹੈ ਉਹਨਾਂ ਦੀ ਗ੍ਰਿਫਤ ਹੋ ਸਕਦਾ ਤੂੰ ਕੋਈ ਉਹਨਾਂ ਦੇ ਦਬਾਅ ਚ ਹੋ ਸਕਦਾ ਤੂੰ ਉਹਨਾਂ ਦਾ ਬੁਲਾਇਆ ਬੋਲ ਸਕਦਾ ਪਰ ਕੌਮ ਦੀ ਐਡੀ ਕੋਈ ਮਜਬੂਰੀ ਨਹੀਂ ਹੈਗੀ ਕੌਮ ਨੇ ਜਿੱਥੇ ਅੱਗੇ 40 ਸਾਲ ਲੜਿਆ ਹੁਣ ਵੀ ਲੜਨਗੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਕਿਉਂਕਿ ਮੈਂ ਜਿਹੜੀ ਉਹ ਵੀਡੀਓ ਸੁਣੀ ਜਿਹੜੀ ਅਕਾਲ ਤਖਤ ਦੇ ਜ세ਜ਼ਾਰ ਨੇ ਜਿਹੜਾ ਪਹਿਲਾਂ ਸੱਦਾ ਦਿੱਤਾ ਸੀ ਤੇ ਇੱਕ ਸਰਕਾਰੀ ਅਧਿਕਾਰੀ ਦੇ ਆਉਣ ਤੋਂ ਬਾਅਦ ਸਾਰਾ ਸੱਦਾ ਹੀ ਬਦਲ ਗਿਆ ਸਕ੍ਰਿਪਟ ਹੀ ਬਦਲ ਗਈ ਉਸ ਵਿੱਚ ਜਿਹੜੇ ਲੋਕ ਗਏ ਜਿਹੜੇ ਲੋਕ ਨਹੀਂ ਗਏ ਉਹ ਵੀ ਬੋਲੇਬਾਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਕਿਉਂਕਿ ਜਿਹੜੀਆਂ ਵਿਰੋਧੀ ਸੁਰਾਂ ਸੀ ਜਿਨ੍ਹਾਂ ਨੇ ਸਹੀ ਗੱਲ ਕਹਿਣੀ ਸੀ ਉਹਨਾਂ ਨੂੰ ਤੇ ਅੰਦਰ ਹੀ ਨਹੀਂ ਵੜਨ ਦਿੱਤਾ ਗਿਆ ਪਰ ਮੈਂ ਭਾਈ ਜਸਵੀਰ ਸਿੰਘ ਦੀ ਗੱਲ ਦੀ ਇੱਕ ਗੱਲ ਨੂੰ ਤਾਂ ਕਰੂੰਗਾ ਤਾਰੀਫ ਕਰੂੰਗਾ ਕਿ ਉਹਨਾਂ ਨੇ ਜਿਸ ਤਰ੍ਹਾਂ ਨਾਲ ਅਕਾਲ ਤਖਤ ਦੇ ਜਿ세 ਜਿ세 ਇਸ ਕਥਿਤ ਜਥੇਦਾਰ ਨੂੰ ਮੁਖਾਤੇ ਬੰਦਿਆਂ ਕੌਮ ਦਾ ਪੱਖ ਰੱਖਿਆ ਉਹ ਵਾਕਈ ਕਾਬਲੇ ਤਾਰੀਫ ਹੈ ਭਾਈ ਸਾਹਿਬ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਤੁਸੀਂ ਇੱਕ ਗੱਲ ਕਹੀ ਇਸ ਕਥੀਥ ਜੱਥੇਦਾਰ ਨੂੰ ਕਿ ਜੱਥੇਦਾਰ ਜੀ ਤੁਸੀਂ ਬੜਕ ਮਾਰੋ ਤੇ ਕੌਮ ਵੇਖਿਓ ਤੁਹਾਡੇ ਮਗਰ ਕਿਵੇਂ ਦੁਰਦੀ ਜੀ ਇਸ ਨਕਲੀ ਜੱਥੇਦਾਰ ਦੀ ਬੜਕ ਮਾਰਿਆਂ ਕੌਮ ਇਹਦੇ ਮਗਰ ਤੁਰ ਪੂਗੀ ਔਰ ਬਾਦਲਾਂ ਦੇ ਸਾਰੇ ਗੁਨਾਹ ਮਾਫ ਕਰਕੇ ਇਹਦੇ ਪਿੱਛੇ ਲੱਗ ਕੇ ਬਾਦਲਾਂ ਨੂੰ ਫਿਰ ਸੁਰਜੀਤ ਕਰ ਦੂਗੀ ਤੇ ਉਹ ਕੌਮ ਫਿਰ ਤੁਹਾਡੇ ਗੁਨਾਹ ਵੀ ਮਾਫ ਕਰ ਦੂਗੀ ਤੁਸੀਂ ਤੇ ਇਹ ਬਾਦਲਾਂ ਨੇ ਵੱਡੇ ਗੁਨਾਹ ਤਾਂ ਨਹੀਂ ਨਾ ਕੀਤੇ ਤੇ ਫਿਰ ਤੁਸੀਂ ਕਿਉਂ ਨਹੀਂ ਬੜਕ ਮਾਰਦੇ ਤੁਸੀਂ ਮਾਰੋ ਬੜਕ ਤੁਹਾਡੇ ਪਿੱਛੇ ਤਾਂ ਇੱਕ ਬਹੁਤ ਵੱਡਾ ਇਤਿਹਾਸ ਹੈ ਪਰਿਵਾਰ ਦਾ ਸੰਘਰਸ਼ ਦਾ ਇਤਿਹਾਸ ਹੈ ਔਰ ਉਹ ਜਿੱਤ ਤੋਂ ਤੁਸੀਂ ਬੜਕ ਮੜਵਾਉਣਾ ਚਾਹੁੰਦੇ ਹੋ ਉਹਦੇ ਪਿੱਛੇ ਕੀ ਹੈ ਸਵਾਏ ਬਾਦਲਾਂ ਦੀ ਗੋਲਾਗੇਰੀ ਤੋਂ ਸਵਾਏ ਅਮਿਤਸਰ ਦੀ ਝੰਡੇ ਥੱਲੇ ਤੁੰਣ ਤੋਂ ਤੁਸੀਂ ਉਹਦੇ ਤੋਂ ਕਿਉਂ ਬੜਕ ਮੜਵਾਉਣਾ ਚਾਹੁੰਦੇ ਹੋ ਤੁਸੀਂ ਮਾਰੋ ਬੜਕ ਫਿਰ ਤੇ ਹੋ ਸਕਦਾ ਹੈ ਕਿ ਕੌਮ ਤੁਹਾਨੂੰ ਮਾਫ ਕਰ ਦੇਵੇ ਫਿਰ ਤੁਹਾਡੇ ਨਾਲ ਖੜੀ ਹੋ ਜਾਵੇ ਕੌਮ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਅੱਜ ਇਸ ਕਰਕੇ ਕਰਨੀਆਂ ਬਣਦੀਆਂ ਕਿ ਕੌਮ ਨੂੰ ਜਿਸ ਵਿਪਤਾ ਦੇ ਮੂੰਹ ਦੇ ਦਿੱਤਾ ਗਿਆ ਸਾਰੀ ਕੌਮ ਨੂੰ ਜਿਸ ਤਰ੍ਹਾਂ ਸੜਕਾਂ ਤੇ ਕਟਾਇਆ ਗਿਆ ਜਿਸ ਤਰ੍ਹਾਂ ਉਹਨਾਂ ਦੇ ਖਿਲਾਫ ਮੁਕਦਮੇ ਬਾਜੀਆਂ ਕਰਵਾਈਆਂ ਗਈਆਂ ਔਰ ਜਿਸ ਤਰ੍ਹਾਂ ਨਾਲ ਉਹਨਾਂ ਨੂੰ ਜਲੀਲ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਵੇਖੋ ਕਹਾਣੀ ਕਿਵੇਂ ਮੋੜਾ ਕੱਟਦੀ ਹੈ ਵੀ ਜੇ ਅਕਾਲ ਤਖਦ ਦੇ ਕਹਿਣ ਤੇ ਸਾਰੇ ਹੀ ਮੁਕਦਮੇ ਵਾਪਸ ਹੋ ਜਾਣੇ ਸਾਰਿਆਂ ਨੂੰ ਹੀ ਘਰਾਂ ਵਾਪਸ ਆ ਜਾਣਾ ਹੈ ਸਰਕਾਰਾਂ ਅਕਾਲ ਤਖਦ ਦੇ ਜਸਦਾਦ ਦੇ ਕਹਿਣ ਤੇ ਸਭ ਕੁਝ ਕਰ ਦਿੰਦੀਆਂ ਨੇ ਤੇ ਫਿਰ ਇੰਨੀ ਤਰਾਂ ਦੇ ਜਿਹੜੇ ਬੰਦੀ ਸਿੱਖਿਆ ਉਹ ਉਹ ਉਹਨਾਂ ਨੂੰ ਜਸੇਦਾਰ ਨੇ ਕਿਉਂ ਨਹੀਂ ਰਹਾ ਕਰਵਾਇਆ ਸਰਕਾਰ ਨੂੰ ਕਹਿ ਕੇ ਉਹਨਾਂ ਦਾ ਕੀ ਕਸੂਰ ਆ ਉਹ ਤਾਂ ਸਜ਼ਾਾਂਾਂ ਭੁਗ ਚੁੱਕੇ ਹਨ ਜੇ ਸਾਡੇ ਅਕਾਲ ਤਖਤ ਦੇ ਜਸੇਦਾਰ ਦੇ ਕਹਿਣ ਤੇ ਕੇਂਦਰ ਦੀ ਸਰਕਾਰ ਸਾਰੇ ਕਾਲੇ ਕਾਨੂੰਨ ਵੀ ਵਾਪਸ ਲੈ ਲੈਂਦੀ ਆ ਸਾਰੇ ਜਿਹੜੇ ਫੜੇ ਹੋਏ ਸਿੱਖਿਆ ਬੇਗਨਾ ਉਹਨਾਂ ਨੂੰ ਵੀ ਛੱਡ ਦਿੰਦੀ ਆ ਔਰ ਜਿਹੜੇ ਜਿਹੜੇ ਬਾਕੀ ਦੇ ਬੱਚੇ ਆ ਉਹਨਾਂ ਬਾਰੇ ਵੀ ਉਹ ਕਹਿੰਦੇ ਅਸੀਂ ਵਿਚਾਰ ਕਰਾਂਗੇ ਉਹਨਾਂ ਤੋਂ ਵੀ ਮੁਕਦਮੇ ਵਾਪਸ ਲਏ ਜਾ ਸਕਦੇ ਆ ਤੇ ਫਿਰ ਬੰਦੀ ਸਿੰਘਾਂ ਦੇ ਮਾਮਲੇ 'ਚ ਸਰਕਾਰ ਨੂੰ ਜਸਧਾਰ ਨੇ ਇਹ ਕਿਉਂ ਨਹੀਂ ਕਹਿੰਦਾ ਵੀ ਉਹਨਾਂ ਦੇ ਵੀ ਮਾਮਲੇ ਵਾਪਸ ਕਰਾਓ ਇਹਦਾ ਮਤਲਬ ਇਹ ਹੈ ਕਿ ਜਿਹੜੀ ਗੱਲ ਦਿੱਲੀ ਦੇ ਦਰਬਾਰ ਨੂੰ ਰਾਸ ਆਉਂਦੀ ਹੈ ਉਹ ਤੇ ਗੱਲ ਦਿੱਲੀ ਦੇ ਦਰਬਾਰ ਮੰਨਦੀ ਆ ਔਰ ਉਹਦਾ ਕ੍ਰੈਡਿਟ ਆਪਣੇ ਇਸ ਤੋਂ ਤੈਨੂੰ ਦੇਣਾ ਚਾਹੁੰਦੀ ਹੈ ਜਸਧਾਰ ਨੂੰ ਸੋ ਐਵੇਂ ਨਹੀਂ ਹੋਣਾ ਫਿਰ ਦੂਜੀ ਗੱਲ ਮੈਂ ਆਪਣੀ ਕੌਮ ਨੂੰ ਕਹਿਣਾ ਚਾਹਣਾ ਵੀ ਜੇ ਤੁਹਾਨੂੰ ਸੱਚਮੁੱਚ ਹੀ ਲੱਗਦਾ ਵੀ ਤੁਸੀਂ ਇੰਨੇ ਨਿੱਸਲ ਹੋ ਗਏ ਹੋ ਵੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਦਿੱਲੀ ਨਾਲ ਨਹੀਂ ਕੰਕਰਾ ਸਕਦੇ ਅਮਿਤ ਸ਼ਾਦਾ ਮੁਕਾਬਲਾ ਸੀ ਨਹੀਂ ਕਰ ਸਕਦੇ ਮੋਦੀ ਦਾ ਮੁਕਾਬਲਾ ਸੀ ਨਹੀਂ ਕਰ ਸਕਦੇ ਤੇ ਫਿਰ ਗੋਲਿਆਂ ਦੇ ਗੋਲੇ ਬਣਨ ਦੀ ਕੀ ਲੋੜਾ ਬੀਜੇਪੀ ਜੁਆਇਨ ਕਰ ਲੋ ਫਿਰ ਉਹਨਾਂ ਨੂੰ ਕਹੋ ਵੀ ਅਸੀਂ ਬਾਦਲ ਵੀ ਵੇਖ ਲਏ ਕਾਂਗਰਸ ਵੀ ਵੇਖ ਲਈ ਆ ਨਵੇਂ ਲਿਆਂਦੇ ਸੀ ਜਿਹੜੇ ਇਹ ਵੀ ਵੇਖ ਲੈ ਤੇ ਆਓ ਅਸੀਂ ਇੱਕ ਵਾਰੀ ਤੁਹਾਨੂੰ ਵੀ ਵੇਖ ਲੈਂਦੇ ਫਿਰ ਉਹਨਾਂ ਨੂੰ ਵੀ ਵੇਖ ਲਓ ਜੇ ਤੁਸੀਂ ਸਿੱਧੇ ਤੌਰ ਤੇ ਬੀਜੇਪੀ ਨੂੰ ਇੱਕ ਮੌਕਾ ਦੇ ਕੇ ਉਹਨੂੰ ਕਹਿੰਦੇ ਵੀ ਆਓ ਅਸੀਂ ਤੁਹਾਨੂੰ ਇੱਕ ਮੌਕਾ ਦਿੰਦੇ ਆ ਤੇ ਕਮ ਸੇ ਕਮ ਬੀਜੇਪੀ ਦੇ ਜਵਾਬਦੇਹੀ ਤੇ ਬਣੂਗੀ ਨਾ ਤੁਹਾਡੇ ਤੁਹਾਡੇ ਮਸਲਿਆਂ ਤੇ ਬੀਜੇਪੀ ਬੋਲੂਗੀ ਤੇ ਸਹੀ ਨਾ ਪੰਜਾਬ ਦੇ ਮੁੱਦਿਆਂ ਤੇ ਬੀਜੇਪੀ ਜਵਾਬ ਤਾਂ ਦੇਊਗੀ ਨਾ ਹੁਣ ਜਵਾਬ ਦੇਣ ਲਈ ਤੇ ਅੱਗੇ ਬਾਦਲ ਤੇ ਉਹਦਾ ਫਾਇਦਾ ਚੁੱਕਣ ਲਈ ਬੀਜੇਪੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਮਝਣੀਆਂ ਪੈਣਗੀਆਂ ਤਾਂ ਅਸੀਂ ਇਸ ਕ੍ਰਾਈਸਿਸ ਚੋਂ ਨਿਕਲ ਸਕਣਾ ਨਹੀਂ ਤੇ ਰੋਜ਼ ਕੋਈ ਨਾ ਕੋਈ ਅਮਰਤਪਾਲ ਆਉਂਦਾ ਰਹੂਗਾ ਇਹ ਵੈਕਿਊਮ ਇਹ ਵੀ ਬਣਾ ਰਿ ਬਣਾਇਆ ਰਹੂਗਾ ਔਰ ਬੀਜੇਪੀ ਉਹ ਹੀ ਖੇਡ ਖੇਡਦੀ ਰਹੂਗੀ ਜਿਹੜੀ ਅੱਗੇ ਪਹਿਲਾਂ ਕਾਂਗਰਸ ਨੇ ਖੇਡੀ ਔਰ ਫਿਰ ਹੁਣ ਲੰਮੇ ਸਮੇਂ ਤੋਂ ਬੀਜੇਪੀ ਖੇਡ ਰਹੀ ਹੈ ਬੀਜੇਪੀ ਦੀ ਪੂਰੀ ਕੋਸ਼ਿਸ਼ ਹੈ ਕਿਉਂਕਿ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਸਾਡੇ ਪੈਰ ਬਾਦਲਾਂ ਤੋਂ ਬਗੈਰ ਨਹੀਂ ਲੱਗਣੇ ਪੰਜਾਬ 'ਚ ਉਹ ਬਾਦਲਾਂ ਨੂੰ ਦੁਬਾਰਾ ਰਿਵਾਈਵ ਕਰਵਾਉਣਾ ਚਾਹੁੰਦੀ ਹੈ ਹੁਣ ਤੁਸੀਂ ਕੱਲ ਦਾ ਸਾਰਾ ਵੇਖੋ ਐਪੀਸੋਡ ਵੇਖੋ ਕੱਲ ਪੀਟੀਸੀ ਨਿਊਜ਼ ਤੇ ਜਿਸ ਤਰ੍ਹਾਂ ਨਾਲ ਅਮਰਤਪਾਲ ਨੂੰ ਪ੍ਰੋਜੈਕਟ ਕੀਤਾ ਗਿਆ ਔਰ ਉਸ ਤੋਂ ਪਹਿਲਾਂ ਦੇ ਤੁਸੀਂ ਇਹਨਾਂ ਦੇ ਬਿਆਨ ਵੇਖ ਲਓ ਖਵੀਰ ਬਾਦਲ ਦੇ ਬਿਆਨ ਵੇਖ ਲਓ ਤੁਸੀਂ ਮਜੀਠੀਏ ਦੇ ਬਿਆਨ ਵੇਖ ਲਓ ਜਿਹੜਾ ਕਹਿੰਦਾ ਸੀ ਸਾਨੂੰ ਸਾਨੂੰ ਦੱਸਾਂ ਦੇਣਾ ਚ ਅਸੀਂ ਗੱਜ ਵਰਗਾ ਕਰ ਦਾਂਗੇ ਉਹਨਾਂ ਲਈ ਹੁਣ ਪਾਈ ਮਰਦ ਪਾਲ ਹੋ ਗਿਆ ਔਰ ਉਹਨਾਂ ਲਈ ਉਹ ਕੌਮ ਦਾ ਵੱਡਾ 10000 ਜਰਨੈਲ ਹੋ ਗਿਆ ਸੋ ਇਸ ਤਰ੍ਹਾਂ ਅੱਖੀਂ ਘਟਣਾ ਪਾਉ ਪਈ ਐਵੇਂ ਅੱਖੀਂ ਘਟਾ ਪੈਣਾ ਨਹੀਂ ਕੌਮ ਨੇ ਬਹੁਤ ਸਫਰ ਕੀਤਾ ਕੌਮ ਨੇ ਬਹੁਤ ਮਾਰ ਖਾਧੀ ਹੈ ਔਰ 40 ਸਾਲ ਜਿਹੜਾ ਤੁਸੀਂ ਕੌਮ ਨੂੰ ਰੋਲਿਆ ਹੈ ਔਰ ਤੁਸੀਂ ਜਿਸ ਤਰ੍ਹਾਂ ਕੌਮ ਦਾ ਅਪਮਾਨ ਕੀਤਾ ਉਹ ਦੁਬਾਰਾ ਤੁਹਾਨੂੰ ਸਤਿਕਾਰ ਨਹੀਂ ਕਰਨ ਲੱਗੀ ਇਸ ਲਈ ਇਸ ਗਲਤਫਹਿਮੀ ਵਿੱਚ ਨਾ ਰਹੋ ਤੇ ਅਮਰਤਪਾਲ ਜੀ ਤੁਸੀਂ ਵੀ ਇਸ ਗਲਤਫਹਿਮੀ ਵਿੱਚ ਨਾ ਰਹੋ ਕਿ ਤੁਹਾਡੇ ਕਹਿਣ ਤੇ ਜਥੇਦਾਰ ਹੈ ਉੱਥੇ ਹੈ ਅਕਾਲ ਤਖਤ ਦਾ ਉੱਥੇ ਕਥਿਤ ਜਥੇਦਾਰ ਉੱਥੇ ਸਰਬੱਤ ਖਾਲਸਾ ਵਸਾਖੀ ਦੇ ਬੁਲਾ ਲੂਗਾ ਤਾਂ ਉਹ ਸਰਬੱਤ ਖਾਲਸਾ ਜਿਹੜੇ ਸਾਰੇ ਫੈਸਲੇ ਲਾਗੂ ਹੋ ਜਾਣਗੇ ਸਰਬੱਤ ਖਾਲਸਾ ਤੇ ਤੂੰ ਪਹਿਲਾਂ ਵੀ ਹੋਇਆ ਸੀਗਾ ਚੱਬੇ ਦੇ ਵਿੱਚ ਫਿਰ ਉਸ ਦੇ ਫੈਸਲਿਆਂ ਦਾ ਕੀ ਹੋਊਗਾ ਉਸ ਜਥੇਦਾਰ ਦਾ ਕੀ ਬਣੂਗਾ ਜਿਹੜਾ ਸਰਬੱਤ ਖਾਲਸੇ ਚੱਬੇ ਦੇ ਜਥੇ ਚੁਣਿਆ ਗਿਆ ਸੀਗਾ ਸੋ ਇਹ ਸਾਰੀਆਂ ਗੱਲਾਂ ਨੇ ਅੱਜ ਸ਼ੁਰੂਆਤ ਹੈ ਇਸ ਤੋਂ ਅੱਗੇ ਵੀ ਹੁਣ ਕਹਾਣੀ ਤੁਰੂਗੀ ਔਰ ਹਰ ਗੱਲ ਦਾ ਨੋਟਿਸ ਲਵਾਂਗੇ ਔਰ ਜਵਾਬ ਦਵਾਂਗੇ ਔਰ ਜਵਾਬ ਲਵਾਂਗੇ ਜਿਹੜੇ ਵੀ ਇਸ ਗੱਲ ਦੇ ਵਿੱਚ ਫੀਲਡ ਵਿੱਚ ਹੋਣਗੇ ਹੁਣ ਗਾਲਾਂ ਤੋਂ ਨਹੀਂ ਡਰਨਾ ਬਹੁਤ ਡਰ ਲਿਆ ਕਿਉਂਕਿ ਇੱਕ ਤਾਂ ਮੇਰੇ ਤੇ ਬਹੁਤ ਦੁਬਾਰਿਆ ਨਵਰੀਦ ਦੀ ਸ਼ਹਾਦਤ ਤੋਂ ਬਾਅਦ ਜਿਸ ਤਰ੍ਹਾਂ ਦਾ ਕੌਮ ਨੇ ਮਾਣ ਦਿੱਤਾ ਜਿਸ ਤਰ੍ਹਾਂ ਦਾ ਸਤਕਾਰ ਦਿੱਤਾ ਔਰ ਨੌਜਵਾਨਾਂ ਨੇ ਖਾਸ ਕਰਕੇ ਉਹ ਲਗਾਤਾਰ ਮੇਰੇ ਤੇ ਦਬਾਅ ਬਣੇ ਜਾਂਦੇ ਸੀ ਕਿ ਬਾਪੂ ਜੀ ਤੁਸੀਂ ਨਹੀਂ ਕੁਝ ਬੋਲਣਾ ਬਾਪੂ ਜੀ ਤੁਸੀਂ ਨਹੀਂ ਕੁਝ ਬੋਲਣਾ ਜਦ ਕਿ ਮੈਂ ਆਪਣੀ ਗੱਲਬਾਤ ਦੇ ਵਿੱਚ ਜਦੋਂ ਵੀ ਮੇਰੇ ਨਾਲ ਜਿੰਨੇ ਵੀ ਗੱਲ ਕੀਤੀ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਵਾਰ-ਵਾਰ ਵੀ ਅਮਰਤਪਾਲ ਦਾ ਵਰਤਾਰਾ ਜਿਹੜਾ ਉਹ ਜਿਹੜਾ ਤੁਹਾਨੂੰ ਜ਼ਮੀਨ ਤੇ ਦਿਸਦਾ ਉਹ ਉਵੇਂ ਨਹੀਂ ਹੈਗਾ ਉਹ ਇੱਕ ਸਕ੍ਰਿਪਟਡ ਚੀਜ਼ ਹੈ ਔਰ ਕਿੱਥੋਂ ਹੋ ਉਹ ਤੁਰਿਆ ਉਹਦੀਆਂ ਪੈੜਾਂ ਜਿੱਥੋਂ ਤੁਰਦੀਆਂ ਦਵਾਈ ਚੋਂ ਔਰ ਆਣ ਕੇ ਜਿਹੜੇ ਘਰਾਂ ਵਿੱਚ ਵੱਡਦੀਆਂ ਉਹਨਾਂ ਬਾਰੇ ਉਹਨਾਂ ਦੇ ਨਾਲ 40 ਸਾਲ ਹੋ ਗਏ ਸਾਨੂੰ ਤੁਰਿਆ ਫਿਰਦਿਆਂ ਨੂੰ ਤੇ 40 ਸਾਲਾਂ ਦੇ ਵਿੱਚ ਵੀ ਜੇ ਸਾਨੂੰ ਸਮਝ ਨਹੀਂ ਆਉਂਦੀ ਵੀ ਜਿਹੜੀਆਂ ਪੈੜਾ ਦੁਬਾਈ ਚੋਂ ਜਿਹੜੀਆਂ ਘਰਾਂ ਚੋਂ ਤੁਰਦੀਆਂ ਤੇ ਆਣ ਕੇ ਪੰਜਾਬ ਦੇ ਵਿੱਚ ਜਿਹੜੀਆਂ ਘਰਾਂ ਦੇ ਵਿੱਚ ਉਹ ਵੱਡਦੀਆਂ ਉਹ ਘਰ ਕੌਣ ਨੇ ਤੇ ਉਹ ਲੋਕ ਕੌਣ ਨੇ ਤੇ ਫਿਰ ਸਾਨੂੰ ਸਮਝ ਕਦੋਂ ਆਏਗੀ ਇਸ ਲਈ ਮੇਰੀ ਬੇਨਤੀ ਹੈ ਕਿ ਇਹ 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 ਜਿਹੜੀ ਕੋੜੀ ਸਚਾਈ ਹੈ ਕੌਮ ਨੂੰ ਸਮਝਣੀ ਪੈਗੀ ਅਸੀਂ ਬਹੁਤ ਮਾਰ ਖਾ ਲਈ ਹੈ ਅਸੀਂ ਪਹਿਲਾਂ ਬਹੁਤ ਕੁਝ ਹੰਡਾਲਿਆ ਆਪਣੇ ਪਿੰਡੇ ਤੇ ਅਸੀਂ ਨਸ਼ਲ ਕੁਸ਼ੀ ਨੇ ਹੰਡਾਈਆਂ ਆ ਜਿਹੜੀ ਨਸ਼ੇ ਦੀ ਜਿਹੜੀ ਅਸੀਂ ਨਸ਼ਲ ਕੁਸ਼ੀ ਹੰਡਾ ਲਿਆ ਹੰਡਾ ਰਹੇ ਹਾਂ ਨਾ ਇਹ ਸਾਡੇ ਸੰਘਰਸ਼ ਦਾ ਹੀ ਹਿੱਸਾ ਹੈ ਇਹ ਸਾਡੇ ਸੰਘਰਸ਼ ਤੋਂ ਇਹ ਸਾਡੇ ਸੰਘਰਸ਼ ਦੇ ਵਿੱਚੋਂ ਨਿਕਲੀ ਸਾਡੀ ਨਸ਼ ਨਸ਼ਲ ਕੁਸ਼ੀ ਆ ਨਸ਼ੇ ਵਾਲੀ ਅਸੀਂ ਬਹੁਤ ਪਲੇਟਫਾਰਮਾਂ ਤੇ ਇਹਨਾਂ ਇਹਨਾਂ ਦੇ ਸਾਹਮਣੇ ਖੜੇ ਹੋਣਾ ਤੇ ਮੇਰੀ ਪੰਜਾਬ ਦੇ ਬੁੱਧੀਜੀਵੀ ਵਰਗ ਨੂੰ ਤੇ ਰਾਜਨੀਤਿਕ ਲੋਕਾਂ ਨੂੰ ਜਿਹੜੇ ਹੁਣ ਸੁੱਨ ਹੋਏ ਬੈਠੇ ਸੁਸਰੀਆਂ ਨੂੰ ਬੋਲਦੇ ਨਹੀਂ ਕੁਝ ਤੇ ਐਵੇਂ ਚੁੱਪ ਰਿਆ ਕਿਵੇਂ ਗੁਜ਼ਾਰਾ ਹੋਊਗਾ ਤੁਸੀਂ ਪੰਜਾਬ ਦੇ ਇਸ ਔਖੇ ਸਮੇਂ ਤੇ ਕੋਈ ਸਟੈਂਡ ਨਹੀਂ ਲੈਂਦੇ ਕੋਈ ਕੋਈ ਗੱਲ ਨਹੀਂ ਕਰਦੇ ਤੇ ਫਿਰ ਤੁਹਾਡੀ ਲੀਡਰ ਹੀ ਕਿੱਥੇ ਆ ਕੌਮ ਤੁਹਾਡੀ ਲੀਡਰ ਨੂੰ ਫਿਰ ਰਗੜ ਕੇ ਪਰਪੜੀਆਂ ਤੇ ਲਾਵੇ ਤੁਸੀਂ ਕਦੋਂ ਬੋਲੋਗੇ ਅੱਜ ਕੌਮ ਤੁਹਾਡੇ ਮੂੰਹ 'ਲਵੇਂਦੀ ਆ ਕੌਮ ਅਗਵਾਈ ਮੰਗਦੀ ਆ ਜਿਹੜੀ ਅਗਵਾਈ ਕੌਮ ਮੰਗਦੀ ਆ ਉਹਦਾ ਵੈਕਿਊਮ ਦੇ ਵਿੱਚ ਅਮਰਤਪਾਲ ਸਿੰਘ ਤੁਹਾਨੂੰ ਫੇਰ ਬਾਦਲਾਂ ਦੇ ਪਿੱਛੇ ਲਾਉਣ ਨੂੰ ਫਿਰਦਾ ਤੇ ਤੁਸੀਂ ਉਸ ਦਾ ਕੋਈ ਜਵਾਬ ਕੋਈ ਤਾਂ ਜਵਾਬ ਦਿਓ ਸੋ ਮੈਂ ਬਹੁਤੀਆਂ ਬੇਨਤੀਆਂ ਨਹੀਂ ਕਰਦਾ ਜਿੰਨੀਆਂ ਹੀ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਕਿਉਂਕਿ ਅੱਜ ਇਹ ਸ਼ੁਰੂ ਆ ਤਾਂ ਮੈਨੂੰ ਪਤਾ ਇਹ ਜੰਗ ਜਿਹੜੀ ਇਹ ਅੱਜ ਸ਼ੁਰੂ ਹੋਈ ਆ ਇਸਨੇ ਅੱਗੇ ਜਾਣਾ ਹੈ ਔਰ ਇਸਨੂੰ ਲੜਨਾ ਹੈ ਔਰ ਮੈਂ ਲੜੂੰਗਾ ਮੈਂ ਮਨ ਬਣਾ ਕੇ ਅੱਜ ਬੋਲਿਆ ਕਿ ਮੈਂ ਇਸ ਝੂਠ ਨੂੰ ਇਸ ਫਰੇਵ ਨੂੰ ਜਿਹੜਾ ਦਿੱਲੀ ਦੀਆਂ ਏਜੰਸੀਆਂ ਨੇ ਖੜਾ ਕੀਤਾ ਔਰ ਜਿਹੜਾ ਪੰਜਾਬ ਦੇ ਭਗਵੰਤ ਮਾਨ ਦੇ ਮੋਢੇ ਤੇ ਰੱਖ ਕੇ ਜਿਹੜੀ ਬੰਦੂਕ ਚਲਾਈ ਗਈ ਆ ਮੈਂ ਇਹਨਾਂ ਦਾ ਇੱਕ ਇੱਕ ਦਾ ਪਾਸ ਖੋਲੂੰਗਾ ਔਰ ਪਰਦਾ ਨੰਗਾ ਕਰੂੰਗਾ ਚਾਹੇ ਇਸਦੀ ਮੈਨੂੰ ਕਿੱਡੀ ਵੀ ਵੱਡੀ ਕੀਮਤ ਚੁਕਾਉਣੀ ਪਵੇ ਇਨਾਂ ਹੀ ਲਫਜ਼ਾਂ ਨਾਲ ਦਾਸ ਖਿਮਾ ਦਾ ਜੱਜ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ